2019 ਦੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਚੋਣ ਕਮਿਸ਼ਨ ਵੱਲੋਂ ਵੋਟ ਦੇ ਅਧਿਕਾਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਸਦਕਾ ਅੱਜ ਇੱਕ ਮੋਬਾਈਲ ਅਵੇਅਰਨੈਸ ਵੈਨ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਲਈ ਰਵਾਨਾ ਕੀਤੀ ਗਈ। ਸੰਬੰਧਿਤ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਡੇ ਵੋਟ ਦਾ ਅਧਿਕਾਰ ਇੱਕ ਚੰਗੇ ਉਮੀਦਵਾਰ ਦੀ ਚੋਣ ਹੀ ਨਹੀਂ ਕਰਦਾ, ਸਗੋਂ ਦੇਸ਼ ਦੇ ਭਵਿੱਖ ਨੂੰ ਸੁਰੱਖਿਅਤ ਹੱਥਾਂ ਵਿੱਚ ਪਹੁੰਚਾਉਣ ਦਾ ਕੰਮ ਕਰਦਾ। ਇਸ ਲਈ ਸਾਨੂੰ ਆਪਣੇ ਵੋਟ ਦੇ ਅਧਿਕਾਰ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਹਾਂਜੀ, ਮੈਂ ਲਖਵਿੰਦਰ ਸਿੰਘ ਸੰਧੂ ਬੋਲ ਰਿਹਾ ਜੀ, ਨੋਡਲ ਅਫਸਰ। ਇਹ ਸਾਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਜਿਹੜੀ ਮੋਬਾਈਲ ਵੈਨ ਆਈ ਹੈ, ਇਹ ਅਸੀਂ ਆਪਣੀਆਂ ਸਾਰੀਆਂ ਜਿਹੜੀਆਂ ਸਾਡੀਆਂ ਵਿਧਾਨ ਸਭਾ ਹਲਕੇ ਨੇ ਉਹਨਾਂ 'ਚ ਘੁਮਾਉਣਾ ਹੈ। ਇਹਨਾਂ ਨੂੰ ਵੱਖ ਵੱਖ ਜਗ੍ਹਾ 'ਤੇ ਜਿੱਥੇ ਭੀੜ ਭੜੱਕੇ ਵਾਲੀ ਜਗ੍ਹਾ 'ਤੇ ਖੜ੍ਹਾ ਕਰਕੇ ਇਹਨੂੰ ਉੱਥੇ ਪਬਲਿਕ ਨੂੰ ਦੱਸਣਾ ਹੈ। ਇਹਦੇ ਵਿੱਚ ਵੀਡੀਓਜ਼ ਚੱਲਣਗੀਆਂ, ਬਾਕੀ ਲੱਗੇ ਸ਼ਾਰਟਸ ਨੇ। ਮੇਨ ਮਕਸਦ ਇਹੀ ਹੈ ਵੀ ਵੋਟਰਸ ਨੂੰ ਅਵੇਅਰ ਕੀਤਾ ਜਾਵੇ ਕਿ ਉਹ ਆਪਣੀ ਵੋਟ ਜਿਹੜਾ ਉਹ ਇਸਤੇਮਾਲ ਕਰਨ, ਤਾਂ ਜੋ ਸਾਡੀ ਜਿਹੜੀ ਵੋਟਿੰਗ ਪਰਸੈਂਟੇਜ ਵੱਧ ਸਕੇ। ਉਹਦੇ ਲੜੀ ਦੇ ਤਹਿਤ ਹੀ ਇਹ ਕੰਮ ਜਿਹੜਾ ਹੋ ਰਿਹਾ। ਇਹਦੇ 'ਚ ਸਾਰੀਆਂ ਜਿਹੜੀਆਂ ਵੀਡੀਓਜ਼ ਦਿਖਾਈਆਂ ਜਾ ਰਹੀਆਂ ਉਹ ਸਰਵਿਸ ਵੋਟਰਾਂ ਦੀ ਵੀਡੀਓ ਹੈ, ਬਾਕੀ ਵੀਡੀਓਜ਼ ਨੇ ਜਿਹੜੀਆਂ ਤੁਹਾਨੂੰ ਤੁਸੀਂ ਕਿੱਥੇ ਸ਼ਿਕਾਇਤ ਕਰ ਸਕਦੇ ਹੋ, ਵਿਜੀਲੈਂਸ ਵੀਡੀਓ, ਸਾਰਾ ਕੁਝ ਇਹਦੇ ਵਿੱਚ ਦਿਖਾਇਆ ਜਾ ਰਿਹਾ। ਇਹਨੂੰ ਅਸੀਂ ਸ਼ਹਿਰ ਦੇ ਵੱਖ ਵੱਖ ਥਾਵਾਂ 'ਤੇ ਖੜ੍ਹਾ ਕਰਕੇ ਪਬਲਿਕ ਨੂੰ ਅਵੇਅਰ ਕਰਾਂਗੇ ਜੀ। ਕਿੰਨੀਆਂ ਗੱਡੀਆਂ ਸਾਡੇ ਕੋਲ? ਅਜੇ ਇੱਕੋ ਗੱਡੀ ਆਈ ਹੈ ਜੀ, ਇਹਨੇ 4 ਦਿਨ ਰਹਿਣਾ ਇੱਥੇ, 4 ਕੰਸਟੀਚੁਐਂਸੀ 'ਚ ਘੁੰਮੂਗੀ ਇਹ। ਅੱਜ ਇਹ 64 ਜਿਹੜਾ ਸਾਡਾ ਵਿਧਾਨ ਸਭਾ ਹਲਕਾ, ਅੱਜ ਉਹਦੇ 'ਚ ਜਾਣਾ ਜੀ, ਕੱਲ੍ਹ ਨੂੰ 62 'ਚ ਜਾਣਾ, 62 ਵਾਲਾ ਜਿਹੜਾ ਆਤਮਨਗਰ ਦਾ ਉੱਥੇ ਉਸ ਏਰੀਏ 'ਚ ਜਾਊਗੀ ਕੱਲ੍ਹ ਨੂੰ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।